ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ, ਜਿਹੜੀ 2016 ਦੇ ਵਿੱਚ ਨਾਭਾ ਜੇਲ੍ਹ ਬ੍ਰੇਕ ਹੋਈ ਸੀਗੀ, ਉਹਦੇ 'ਤੇ ਵੀਡੀਓ ਬਣਾਉਣ ਲੱਗੇ ਸੀਗੇ ਵੀ ਕਿਵੇਂ ਆ ਜਿਹੜੀ ਨਾਭਾ ਜੇਲ੍ਹ ਬ੍ਰੇਕ ਹੋਈ ਸੀਗੀ, ਜਿਹੜੀ ਸਾਰਿਆਂ ਨਾਲੋਂ ਜ਼ਿਆਦਾ ਹਾਈ ਸਿਕਿਉਰਿਟੀ ਜੇਲ੍ਹ ਮੰਨੀ ਜਾਂਦੀ ਆ, ਜਾਣੀ ਇੰਡੀਆ ਦੀ ਸਾਰਿਆਂ ਨਾਲੋਂ ਜ਼ਿਆਦਾ ਤਾਂ ਨਹੀਂ, ਜਾਣੀ ਵਨ ਆਫ ਹਾਈ ਸਿਕਿਉਰਿਟੀ ਜੇਲ੍ਹਾਂ 'ਚੋਂ ਇੱਕ ਆ ਨਾਭਾ ਜੇਲ੍ਹ। ਅਤੇ ਉਹ ਕਿਵੇਂ ਬਈ ਬ੍ਰੇਕ ਹੋਈ, ਅਤੇ ਉੱਥੋਂ ਜਿਹੜੇ 6 ਕੈਦੀ ਸੀਗੇ ਕਿਵੇਂ ਭੱਜੇ ਸੀਗੇ, ਅਤੇ ਕਿਵੇਂ 16 ਬੰਦਿਆਂ ਨੇ ਚੰਦ ਕੁ ਮਿੰਟਾਂ ਦੇ ਵਿੱਚ ਹੀ ਇੰਨੀ ਪੁਲਿਸ ਨੂੰ ਚਕਮਾ ਦੇ ਕੇ ਜਿਹੜੇ 6 ਕੈਦੀ ਆ ਉਹ ਫਰਾਰ ਕਰਕੇ ਲੈ ਗਏ ਸੀਗੇ। ਅਤੇ ਹੁਣ ਉਹਦੇ 'ਚ ਅਪਡੇਟ ਆਈ ਆ ਪਿਛਲੇ ਦਿਨੀ, ਜਿਹੜਾ ਉਹਨਾਂ ਦੇ ਵਿੱਚ ਇੱਕ ਮੁੱਖ ਸਾਜ਼ਿਸ਼ ਕਰਤਾ ਸੀਗਾ ਰਮਨਜੀਤ ਸਿੰਘ ਰੋਮੀ, ਉਹ ਹਾਂਗਕਾਂਗ ਤੋਂ ਪੰਜਾਬ ਪੁਲਿਸ ਆ ਜਿਹੜੀ ਉਹ ਫੜ ਕੇ ਲੈ ਕੇ ਆਈ ਆ। ਤਾਂ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਵੀਡੀਓ ਬਣਾਉਂਦੇ ਹਾਂ ਵੀ ਕਿਵੇਂ ਆ ਜਿਹੜੀ ਨਾਭਾ ਜੇਲ੍ਹ ਬ੍ਰੇਕ ਹੋਈ ਸੀਗੀ 27 ਨਵੰਬਰ 2016 ਦੇ ਵਿੱਚ ਆ। ਜਿਵੇਂ 2-3 ਗੱਡੀਆਂ ਦੇ ਵਿੱਚ, ਜਿਵੇਂ ਫੋਰਚੂਨਰ ਵਰਨਾ ਦੇ ਵਿੱਚ ਜਿਵੇਂ 16 ਗੈਂਗਸਟਰ ਆ ਜਿਹੜੇ ਉਹ ਹੁੰਦੇ ਆ, ਅਤੇ ਉਹ ਆ ਕੇ ਜਿਵੇਂ ਜਿਹੜਾ ਮੇਨ ਗੇਟ ਬਣਿਆ ਹੁੰਦਾ ਵਾ ਜੇਲ੍ਹ ਦਾ, ਅਤੇ ਉਹਨਾਂ 'ਚੋਂ ਜਿਵੇਂ ਕੁਛ ਕੁ ਬੰਦਿਆਂ ਦੇ ਜਿਵੇਂ ਪੁਲਿਸ ਵਾਲੀ ਵਰਦੀ ਪਾਈ ਹੋਈ ਸੀਗੀ, ਅਤੇ ਉਹਨਾਂ 'ਚੋਂ ਇੱਕ ਆ ਜਿਵੇਂ ਜਿਹੜਾ ਥਾਣੇਦਾਰ ਬਣਿਆ ਹੋਇਆ ਸੀਗਾ ਬੰਦਾ, ਅਤੇ ਉਹ ਮੇਨ ਗੇਟ 'ਤੇ ਜਦੋਂ ਉਤਰਦਾ ਵਾ ਅਤੇ ਜਿਹੜੇ ਪੁਲਿਸ ਵਾਲੇ ਗੇਟ 'ਤੇ ਖੜ੍ਹੇ ਹੁੰਦੇ ਆ, ਅਤੇ ਉਹਨਾਂ ਨੂੰ ਚਕਮਾ ਜੋ ਉਹ ਸਮਝਦੇ ਆ ਕਿਤੇ ਵੀ ਇਹ ਪੁਲਿਸ ਵਾਲੇ ਆ ਵੀ ਕੋਈ ਕਿਸੇ ਕੈਦੀ ਨੂੰ ਲੈ ਕੇ ਅੰਦਰ ਆਏ ਹੋਏ ਆ, ਅਤੇ ਜਾਨੂ ਜਿਹੜੇ ਨਾਲ ਦੇ ਬੰਦੇ ਹੁੰਦੇ ਆ ਅਤੇ ਉਹ ਉਹਨਾਂ ਨੂੰ ਕਾਬੂ ਕਰ ਲੈਂਦੇ ਆ ਪੁਲਿਸ ਵਾਲਿਆਂ ਨੂੰ, ਅਤੇ ਉਹਨਾਂ ਦੇ ਹਥਿਆਰ ਆ ਜਿਹੜੇ ਉਹ ਖੋਹ ਲੈਂਦੇ ਆ। ਅਤੇ ਉਹ ਤੋਂ ਬਾਅਦ 'ਚੋਂ ਜਿਵੇਂ ਨਾਭਾ ਜੇਲ੍ਹ ਦੇ ਵਿੱਚ ਜਿਵੇਂ ਇੱਕ ਤਾਂ ਮੇਨ ਗੇਟ ਹੁੰਦਾ ਵਾ, ਅਤੇ ਇੱਕ ਉਹ ਤੋਂ ਗਾਂ ਫੇਰ ਆ ਜਿਹੜਾ ਇੱਕ ਉਹ ਗੇਟ ਹੁੰਦਾ ਵਾ, ਉਹ ਗੇਟ ਤੱਕ ਜਿਵੇਂ ਆ ਜਿਹੜੇ ਜਿੰਨੇ ਵੀ ਕੈਦੀ ਹੁੰਦੇ ਆ ਜੇਲ੍ਹ ਦੇ ਵਿੱਚ, ਜਦੋਂ ਉਹਨਾਂ ਨੂੰ ਕਿਤੇ ਪੇਸ਼ੀ ਦੇ ਉੱਤੇ ਲੈ ਕੇ ਜਾਣਾ ਹੁੰਦਾ ਵਾ, ਅਤੇ ਜਾਂ ਜਦੋਂ ਉਹਨਾਂ ਨੇ ਕੋਈ ਉਹਨਾਂ ਨੂੰ ਮਿਲਣ ਆਉਂਦਾ ਵਾ, ਤਾਂ ਉਹ ਗੇਟ 'ਤੇ ਉਦੋਂ ਆਉਂਦੇ ਹੁੰਦੇ ਆ ਉਹ ਬੰਦੇ, ਤਾਂ ਉੱਥੇ ਇਕੱਠੇ ਹੁੰਦੇ ਹੁੰਦੇ ਆ। ਤਾਂ ਜਿਹੜੇ ਉਸ ਦਿਨ ਆ 6 ਬੰਦੇ ਭੱਜੇ ਸੀਗੇ, ਅਤੇ ਉਹਨਾਂ ਉਹ ਜਿਵੇਂ 2-2 ਜਾਣਿਆਂ ਦੇ 3 ਗਰੁੱਪਾਂ ਦੇ ਵਿੱਚ ਉਸ ਦਿਨ ਜਿਵੇਂ ਲਗਭਗ ਤਕਰੀਬਨ 9:15 ਵਜੇ ਉੱਥੇ ਇਕੱਠੇ ਹੋ ਗਏ ਸੀਗੇ, ਅਤੇ ਜਦੋਂ ਇਹਨਾਂ ਬੰਦਿਆਂ ਨੇ ਮੇਨ ਗੇਟ ਤੋਂ ਹਥਿਆਰ ਖੋ ਕੇ ਅਤੇ ਐਂਟਰ ਹੋਏ ਸਣੇ ਗੱਡੀਆਂ ਉਹ ਜੇਲ੍ਹ ਦੇ ਵਿੱਚ, ਤਾਂ ਉਹ ਮੇਨ ਜਿਹੜੇ ਉਸ ਗੇਟ 'ਤੇ ਉਹ ਆਲਰੇਡੀ 6 ਬੰਦੇ ਆ ਜਿਹੜੇ ਉਹ ਇਕੱਠੇ ਹੋਏ ਹੋਏ ਸੀਗੇ। ਤਾਂ ਜਦੋਂ ਉੱਥੇ ਜਾਂਦੇ ਆ ਤਾਂ ਫਿਰ ਜਿਹੜੇ ਉੱਥੇ ਵੀ ਪੁਲਿਸ ਵਾਲੇ ਹੁੰਦੇ ਆ, ਤਾਂ ਉਹਨਾਂ ਤੋਂ ਜਿਵੇਂ ਪੁਲਿਸ ਵਾਲਿਆਂ ਤੋਂ ਜਿਵੇਂ ਉਹ ਚਾਬੀ ਖੋਹ ਲੈਂਦੇ ਆ, ਤਾਂ ਜਦੋਂ ਚਾਬੀ ਖੋਹਦੇ ਆ ਤਾਂ ਉਹਨਾਂ ਕੋਲ ਜਿਵੇਂ ਉਹ ਗੇਟ ਦੀ ਉਹ ਜਿਹੜਾ ਗੇਟ ਲੱਗਿਆ ਹੁੰਦਾ ਉਹਨਾਂ 'ਚੋਂ ਉਹਨਾਂ ਨੂੰ ਚਾਬੀ ਉਹ ਲੱਭਦੀ ਨਹੀਂ ਹੈਗੀ, ਤਾਂ ਫਿਰ ਉਹ ਜਿਵੇਂ ਥੱਲੇ ਗੇਟ ਦੇ ਥੱਲੇ ਦੀ ਜਿਹੜੇ ਉਹ ਹਥਿਆਰ ਸਿੱਟਦੇ ਆ, ਤਾਂ ਜਿਹੜੇ ਅੰਦਰ ਬੰਦੇ ਹੁੰਦੇ ਆ ਹਥਿਆਰ ਨਾਲ ਫਿਰ ਉੱਥੋਂ ਜਿੰਦਾ ਭੰਨ ਕੇ ਜਿਵੇਂ ਜਿੰਦੇ 'ਤੇ ਗੋਲੀ ਮਾਰਦੇ ਆ, ਅਤੇ ਫਿਰ ਉੱਥੋਂ ਜਾਣੀ ਜਿੰਦਾ ਭੰਨ ਕੇ ਜਿਵੇਂ 6 ਜਾਣੇ ਫਰਾਰ ਹੋ ਜਾਂਦੇ ਆ ਉਹਨਾਂ ਦੇ ਨਾਲ ਹੀ ਗੱਡੀਆਂ ਦੇ ਵਿੱਚ। ਅਤੇ ਉੱਥੋਂ ਫਿਰ ਜਦੋਂ ਗੱਡੀਆਂ ਜੇਲ੍ਹ ਦੇ ਵਿੱਚੋਂ ਨਿਕਲਦੀਆਂ ਵਾ, ਪਹਿਲੋਂ ਜਿਵੇਂ ਜਿੱਧਰ ਨੂੰ ਜਾਂਦੇ ਆ ਤਾਂ ਉੱਧਰ ਜਿਵੇਂ ਕੁਛ ਕੁ ਦੂਰੀ 'ਤੇ ਹੀ ਸ਼ਹਿਰ ਵੱਲ ਨੂੰ ਪਹਿਲੋਂ ਜਾਂਦੇ ਆ ਜਦੋਂ ਗੱਡੀਆਂ 'ਚੋਂ ਨਿਕਲਦੇ ਆ,
ਤਾਂ ਕੁਛ ਦੂਰੀ 'ਤੇ ਜਿਵੇਂ ਰੇਲਵੇ ਫਾਟਕ ਪੈਂਦੇ ਹੁੰਦੇ ਆ, ਅਤੇ ਰੇਲਵੇ ਫਾਟਕ ਆ ਜਿਹੜੇ ਉਹ ਉਸ ਟਾਈਮ ਬੰਦ ਹੋ ਜਾਂਦੇ ਆ, ਤਾਂ ਫਿਰ ਉੱਥੋਂ ਵਾਪਸ ਉਵੇਂ ਹੀ ਗੱਡੀਆਂ ਉਹ ਬੈਕ ਕਰਦੇ ਆ, ਤਾਂ ਫਿਰ ਉਹ ਜੇਲ੍ਹ ਮੂਹਰ ਦੀ ਦੁਬਾਰੇ ਚਲੇ ਜਾਂਦੇ ਆ, ਦੁਬਾਰੇ ਲੰਘ ਕੇ ਦੂਜੀ ਸਾਈਡ ਨੂੰ ਉਹ ਪੰਜਾਬ ਤੋਂ ਹਰਿਆਣੇ ਐਂਟਰ ਹੁੰਦੇ ਆ, ਹਰਿਆਣੇ ਤੋਂ ਐਂਟਰ ਹੋ ਕੇ, ਅਤੇ ਫਿਰ ਗਾਂ ਦੀ ਗਾਂ ਜਿਵੇਂ ਜਿਹੜੇ ਭੱਜੇ ਸੀ ਬੰਦੇ ਉਹ ਅੱਡੋ ਅੱਡੀ ਹੋ ਜਾਂਦੇ ਆ, ਅਤੇ ਭੱਜਣ ਵਾਲੇ ਬੰਦਿਆਂ ਦੇ ਵਿੱਚ ਕੌਣ ਕੌਣ ਸੀਗੇ, ਅਤੇ ਜਿਵੇਂ ਇੱਕ ਤਾਂ ਸੀਗਾ ਵਿੱਕੀ ਗੌਂਡਰ ਸੀਗਾ, ਇੱਕ ਨੀਟਾ ਦਿਓਲ ਸੀਗਾ, ਅਤੇ ਇੱਕ ਗੁਰਪ੍ਰੀਤ ਸੇਖੋਂ ਸੀਗਾ, ਅਤੇ ਇੱਕ ਅਮਨਪ੍ਰੀਤ ਢੋਡੀਆਂ ਸੀਗਾ, ਅਤੇ ਇੱਕ ਸੀਗਾ ਮੈਂਟੂ ਸੀਗਾ, ਅਤੇ ਇੱਕ ਸੀਗਾ ਕਸ਼ਮੀਰ ਸਿੰਘ ਗਲਵੱਡੀ। ਅਤੇ ਜਿਹੜੇ ਬੰਦੇ ਆਏ ਸੀਗੇ 16 ਬੰਦੇ ਇਹਨਾਂ ਨੂੰ ਛਡਾਉਣ ਲਈ, ਉਹਨਾਂ 'ਚੋਂ ਜਿਹੜਾ ਬੰਦਾ ਇਹਨਾਂ ਦੀ ਮੇਨ ਅਗਵਾਈ ਕਰ ਰਿਹਾ ਸੀਗਾ ਬੰਦਿਆਂ ਦੀ, ਉਹ ਸੀਗਾ ਪਿੰਦਾ ਸੀਗਾ। ਪਿੰਦੇ ਨੇ ਜਿਵੇਂ 6 ਮਹੀਨਿਆਂ ਤੋਂ ਇਹ ਕਹਿੰਦੇ ਆ ਵੀ ਸਾਜ਼ਿਸ਼ ਚੱਲ ਰਹੀ ਸੀਗੀ ਵੀ ਕਿਵੇਂ ਆਪਾਂ ਜੇਲ੍ਹ 'ਚੋਂ ਬੰਦੇ ਆ ਜਿਹੜੇ ਉਹ ਛਡਾਉਣੇ ਆ, ਵੀ ਇਹ ਇੱਕਦਮ ਨਹੀਂ ਕੋਈ ਪਲੈਨ ਬਣਿਆ ਸੀਗਾ। ਤਾਂ ਜਿਹੜਾ ਇਹ ਪਿੰਦਾ ਸੀਗਾ ਇਹ ਜਿਵੇਂ ਹਰਿਦੁਆਰ ਰਹਿੰਦਾ ਸੀਗਾ, ਅਤੇ ਉੱਥੇ ਰਹਿ ਕੇ ਜਿਵੇਂ ਇਹਨੇ ਸਾਜ਼ਿਸ਼ ਪਹਿਲੋਂ ਸਾਰੀ ਰੇਕੀ ਵੀ ਤਿਆਰ ਕੀਤੀ ਆਲੇ ਦੁਆਲੇ ਜੇਲ੍ਹ ਦੇ ਵਿੱਚ, ਅਤੇ ਇਹਨਾਂ ਦੇ ਵਿੱਚ ਹੋਰ ਕਿਹੜਾ ਬੰਦਾ ਸੀਗਾ, ਪ੍ਰੇਮਾ ਲਾਹੌਰੀਆ ਵੀ ਇਹਨਾਂ 16 ਬੰਦਿਆਂ ਦੇ ਵਿੱਚ ਸੀਗਾ, ਅਤੇ ਇਹਨਾਂ ਸਾਰਿਆਂ ਨੇ ਪਹਿਲੋਂ ਰੇਕੀ ਵੀ ਕੀਤੀ ਜੇਲ੍ਹ ਦੀ, ਅਤੇ ਵੀਡੀਓ ਵੀ ਬਣਾਈ ਵੀ ਆਪਾਂ ਕਿਵੇਂ ਕਿਵੇਂ ਆ, ਵੀ ਇਹ ਆਪਾਂ ਵਾਰਦਾਤ ਨੂੰ ਅੰਜਾਮ ਦੇਣਾ ਵਾ, ਅਤੇ ਇੱਕ ਦਿਨ ਵਾਰਦਾਤ ਨੂੰ ਅੰਜਾਮ ਦੇਣ ਤੋਂ ਇੱਕ ਦਿਨ ਪਹਿਲੋਂ ਰਾਤ ਨੂੰ ਵੀ ਇਹਨਾਂ ਨੇ ਫੋਨ 'ਤੇ ਬੰਦਿਆਂ ਨਾਲ ਗੱਲ ਕੀਤੀ ਵੀ ਐਂ ਕਰਕੇ ਕੱਲ੍ਹ ਨੂੰ ਅਸੀਂ ਵਾਰਦਾਤ ਨੂੰ ਅੰਜਾਮ ਦੇ ਰਹੇ ਹਾਂ, ਵੀ 9 ਵਜੇ ਵੀ ਤੁਸੀਂ 9 ਵਜੇ ਉੱਥੇ ਇਕੱਠੇ ਹੋ ਜਾਇਓ। ਤਾਂ ਫਿਰ ਇਹ ਜਿਵੇਂ 6 ਜਾਣੇ ਉਹ ਗੇਟ 'ਤੇ ਇਕੱਠੇ ਹੋਏ ਸੀਗੇ, ਜਿਵੇਂ ਦੋਵਾਂ ਦੇ ਗਰੁੱਪ ਦੇ ਵਿੱਚ, ਤਾਂ ਜਦੋਂ ਉੱਥੋਂ ਇਹ ਭੱਜੇ ਅਤੇ ਫਿਰ ਐਂ ਪੁਲਿਸ ਚੌਕਸ ਹੋ ਗਈ ਸੀਗੀ, ਅਤੇ ਐਂ ਥਾਂ ਥਾਂ ਨਾਕੇ ਵੀ ਲੱਗਣ ਲੱਗ ਗਏ ਸੀਗੇ। ਅਤੇ ਜਿਹੜਾ ਪਿੰਦਾ ਸੀਗਾ ਉਹ ਜਿਵੇਂ ਉਹਨਾਂ ਮੈਂਟੂ ਵੀ ਸੀਗਾ, ਉਹ ਮੈਂਟੂ ਫੋਰਚੂਨਰ ਗੱਡੀ 'ਚ ਸੀਗਾ, ਅਤੇ ਉੱਥੋਂ ਜਿਵੇਂ ਜਦੋਂ ਨਾਕੇ ਲੱਗਣ ਲੱਗ ਗਏ ਹਰਿਆਣੇ ਜਾ ਕੇ ਉਹ ਅਲੱਗ ਹੋ ਗਿਆ ਸੀ ਇਹਨਾਂ ਨਾਲੋਂ, ਅਤੇ ਜਿਹੜਾ ਪਿੰਦਾ ਸੀਗਾ ਉਹ ਜਿਵੇਂ ਉਹ ਚੰਦ ਘੰਟਿਆਂ ਬਾਅਦ ਹੀ ਜਿਵੇਂ ਯੂਪੀ ਤੋਂ ਫੜਿਆ ਗਿਆ ਸੀਗਾ, ਅਤੇ ਜਿਹੜਾ ਮੈਂਟੂ ਸੀਗਾ ਉਹ ਵੀ ਚੰਦ ਘੰਟਿਆਂ ਬਾਅਦ ਜਿਵੇਂ ਦਿੱਲੀ ਨਿਊ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਫੜਿਆ ਗਿਆ ਸੀਗਾ, ਅਤੇ ਜਿਹੜਾ ਸੀਗਾ ਵਿੱਕੀ ਗੌਂਡਰ ਸੀਗਾ ਉਹ ਜਿਵੇਂ ਇਹ 2 ਨਵੰਬਰ 2016 ਦੇ ਵਿੱਚ ਹੋਈ ਸੀਗੀ ਜੇਲ੍ਹ ਬਰੇਕ, ਅਤੇ ਉਹ 2018 ਜਨਵਰੀ ਨੂੰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਪੁਲਿਸ ਦੇ ਇਨਕਾਊਂਟਰ 'ਚ ਮਾਰੇ ਗਏ ਸੀਗੇ, ਅਤੇ ਜਿਹੜਾ ਨੀਟਾ ਦਿਓਲ ਸੀਗਾ ਅਤੇ ਗੁਰਪ੍ਰੀਤ ਸੇਖੋਂ ਇਹ ਵੀ ਫੜੇ ਗਏ ਸੀਗੇ, ਅਤੇ ਇਹਨਾਂ ਦੇ ਵਿੱਚੋਂ ਜਿਹੜਾ ਕਸ਼ਮੀਰ ਸਿੰਘ ਗਲਵੱਡੀ ਆ ਉਹ ਹਲੇ ਤੱਕ ਵੀ ਫੜਿਆ ਨਹੀਂ ਗਿਆ ਹੈਗਾ, ਅਤੇ ਜਿਹੜਾ ਸੀਗਾ ਅਮਨਦੀਪ ਢੋਡੀਆਂ ਇਹ ਵੀ ਫੜਿਆ ਗਿਆ ਸੀਗਾ। ਅਤੇ ਇਹਨਾਂ ਸਾਰਿਆਂ ਨੂੰ ਇਕੱਠੇ ਕਰਨ ਵਾਲਾ ਬੰਦਾ ਕੌਣ ਸੀਗਾ, ਵੀ ਕਮਾਂਡਿੰਗ ਕੌਣ ਕਰ ਰਿਹਾ ਸੀਗਾ ਇਹ ਸਾਰੇ ਗਰੁੱਪ ਦੀ, ਜਿਵੇਂ ਜਿਹੜੇ 16 ਬੰਦੇ ਆਏ ਸੀਗੇ, ਅਤੇ ਵੀ ਇਹਨਾਂ ਨੂੰ ਸਾਰੇ ਹਥਿਆਰ ਕੌਣ ਮੁਹੱਈਆ ਕਰਵਾ ਰਿਹਾ ਸੀਗਾ, ਉਹ ਸੀਗਾ ਰਮਨਜੀਤ ਸਿੰਘ ਰੋਮੀ, ਅਤੇ ਉਹ ਹਾਂਗਕਾਂਗ ਦੇ ਵਿੱਚ ਬੈਠਾ ਸੀਗਾ, ਅਤੇ ਇਹ ਹੈ ਕੌਣ ਸੀਗਾ, ਅਤੇ ਇਹਦਾ ਜਿਵੇਂ ਜਦੋਂ ਬਠਿੰਡੇ ਤੋਂ ਆਪਾਂ ਹਰਿਆਣੇ ਨੂੰ ਬਠਿੰਡੇ ਤੋਂ ਜਦੋਂ ਆਪਾਂ ਤਲਵੰਡੀ ਸਾਬੋ ਨੂੰ ਜਾਂਦੇ ਹਾਂ, ਅਤੇ ਹਰਿਆਣੇ ਵਾਲੇ ਬਾਰਡਰ 'ਤੇ ਇਹਦਾ ਪਿੰਡ ਆ, ਜਾਣੀ
ਰੋਮੀ ਦਾ, ਤੇ ਇਹ ਜਿਵੇਂ ਉਸ ਟਾਈਮ 2016 ਦੇ ਵਿੱਚ ਇਹ ਜਿਵੇਂ ਇਹਦੇ ਕੋਲੇ ਜਾਲੀ ਆ ਜਿਹੜੇ ਉਹ ਕ੍ਰੈਡਿਟ ਕਾਰਡ ਸੀਗੇ ਤੇ ਹੋਰ ਜਿਵੇਂ ਹਥਿਆਰ ਵੀ ਸੀਗੇ, ਤਾਂ ਉਸ ਚੱਕਰ ਦੇ ਵਿੱਚ ਇਹ ਪੰਜਾਬ ਦੇ ਵਿੱਚ ਫੜਿਆ ਗਿਆ ਸੀਗਾ। ਤੇ ਉਹ ਤੋਂ ਬਾਅਦ ਚੋਂ ਆ ਜਿਵੇਂ ਇਹ ਫੜਨ ਤੋਂ ਬਾਅਦ ਚੋਂ ਇਹਨੂੰ ਨਾਭਾ ਜੇਲ੍ਹ ਦੇ ਵਿੱਚ ਇਹ ਆ ਗਿਆ ਸੀਗਾ, ਤੇ ਉਸ ਤੋਂ ਬਾਅਦ ਇਹਨੂੰ ਜ਼ਮਾਨਤ ਮਿਲ ਗਈ ਸੀਗੀ। ਜਦੋਂ ਜ਼ਮਾਨਤ ਮਿਲ ਗਈ ਸੀਗੀ ਤਾਂ ਇਹ ਜ਼ਮਾਨਤ ਜਿਵੇਂ ਜੰਪ ਕਰਕੇ ਤੇ ਹਾਂਗਕਾਂਗ ਭੱਜ ਗਿਆ ਸੀਗਾ, ਤੇ ਹਾਂਗਕਾਂਗ ਦਾ ਇਹ ਆਲਰੇਡੀ ਜਿਵੇਂ PR ਹੀ ਸੀਗਾ, ਤੇ ਜਿਵੇਂ ਤਕਰੀਬਨ ਇਹਦਾ ਪਰਿਵਾਰ 20 ਸਾਲਾਂ ਤੋਂ ਹਾਂਗਕਾਂਗ ਰਹਿ ਰਿਹਾ ਸੀਗਾ, ਤੇ ਜਿਹੜਾ ਇਹ ਰੰਮੀ ਮਛਾਣਾ ਸੀਗਾ ਤੇ ਉਹਦਾ ਵੀ ਇਹ ਜਿਵੇਂ ਰਿਸ਼ਤੇਦਾਰ ਸੀਗਾ, ਤੇ ਉਨ ਤਾਂ ਇਹ ਉੱਥੋਂ ਇਹ ਇਸ ਅਪਰਾਧ ਜਗਤ ਦੇ ਵਿੱਚ ਐਂਟਰ ਹੋਇਆ ਸੀਗਾ। ਤੇ ਜਦੋਂ ਹਾਂਗਕਾਂਗ ਭੱਜ ਗਿਆ ਸੀਗਾ ਤੇ ਉੱਥੇ ਵੀ ਇੱਕ ਡਕੈਤੀ ਹੋਈ ਸੀਗੀ ਬਾਬਾ ਵੱਡੀ ਬੈਂਕ ਦੇ ਵਿੱਚ, ਤਾਂ ਉਹਦੇ ਵਿੱਚ ਇਹਦਾ ਨਾਮ ਆ ਗਿਆ ਸੀਗਾ। ਤੇ 2018 ਦੇ ਵਿੱਚ ਉੱਥੇ ਹਾਂਗਕਾਂਗ 'ਚ ਇਹ ਪੁਲਿਸ ਨੇ ਫੜ ਲਿਆ ਸੀਗਾ, ਤੇ 2016 ਦੇ ਵਿੱਚ ਹੀ ਜਿਵੇਂ ਇਹਦੇ 'ਤੇ ਰੈੱਡ ਕੋਰਨਰ ਆ ਜਿਹੜਾ ਪੰਜਾਬ ਪੁਲਿਸ ਨੇ ਰੈੱਡ ਕੋਰਨਰ ਨੋਟਿਸ ਵੀ ਜਾਰੀ ਕਰਤਾ ਸੀਗਾ। ਤੇ ਜਦੋਂ 2018 ਦੇ ਵਿੱਚ ਇਹ ਹਾਂਗਕਾਂਗ ਦੇ ਵਿੱਚ ਫੜਿਆ ਗਿਆ ਤਾਂ ਉੱਥੋਂ ਫਿਰ ਜਦੋਂ ਸਾਹਮਣੇ ਆਇਆ ਵੀ ਇਹ ਆਲਰੇਡੀ ਇੰਡੀਆ ਦੇ ਵਿੱਚ ਜੇਲ੍ਹ ਬਰੇਕ ਦੇ ਵਿੱਚ ਵੀ ਮੁਲਜ਼ਮ ਆ, ਤਾਂ ਫਿਰ ਉੱਥੋਂ ਤੋਂ ਇਹਦੀ ਜਿਵੇਂ ਇੰਡੀਆ ਦੇ ਹਵਾਲੇ ਕਰਨ ਦੀ ਕਾਰਵਾਈ ਆ ਜਿਹੜੀ ਉਹ ਸ਼ੁਰੂ ਹੋ ਗਈ ਸੀਗੀ। ਤੇ ਪਰ ਇਹ ਜਿਹੜਾ ਇੰਡੀਆ ਆਉਣਾ ਨਹੀਂ ਚਾਹੁੰਦਾ ਸੀਗਾ, ਪਰ ਜਿਵੇਂ ਹਾਂਗਕਾਂਗ ਅਤੇ ਇੰਡੀਆ ਦੀ ਕੋਈ ਸੰਧੀ ਆ, ਜਿਵੇਂ ਵੀ ਆਪਾਂ ਜੇ ਕੋਈ ਇੱਕ ਦੂਜੇ ਦੇ ਕੈਦੀਆਂ ਨੂੰ ਇਹ ਜਿਵੇਂ ਆਪਸ ਦੇ ਵਿੱਚ ਇਹ ਜਿਵੇਂ ਕਰ ਸਕਦੇ ਆ ਸ਼ੇਅਰ, ਤੇ ਉਸ ਚੱਕਰ ਦੇ ਵਿੱਚ ਜਿਵੇਂ ਲੰਬਾ ਕੇਸ ਅਦਾਲਤ ਦੇ ਵਿੱਚ ਚੱਲਿਆ, ਤੇ ਅਖੀਰ 2024 'ਚ ਇਹ ਜਿਵੇਂ ਪੰਜਾਬ ਪੁਲਿਸ ਆ ਜਿਹੜੀ ਇਹਨੂੰ ਹਾਂਗਕਾਂਗ ਤੋਂ ਲੈ ਕੇ ਆਈ ਆ। ਤੇ ਇਹ ਸੀਗੀ ਕਹਾਣੀ। ਤੇ ਬਾਕੀ ਜਿਹੜਾ ਪ੍ਰੇਮਾ ਲਾਹੌਰੀਆ ਸੀਗਾ ਤੇ ਵਿੱਕੀ ਗੌਂਡਰ ਉਹ 2018 ਦੇ ਵਿੱਚ ਹੀ ਮਾਰੇ ਗਏ ਸੀਗੇ ਪੁਲਿਸ ਦੇ ਇਨਕਾਊਂਟਰ 'ਚ। ਤੇ ਜਿਹੜਾ ਮੈਂਟੂ ਸੀਗਾ ਉਹਦੀ 2018 ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਉਹਦੀ ਵੀ ਮੌਤ ਹੋ ਗਈ। ਤੇ ਕੁਛ ਜਿਵੇਂ ਖਾਮੀਆਂ ਵੀ ਸੀਗੀਆਂ ਵੀ ਜਿਵੇਂ ਕਹਿੰਦੇ ਆ ਵੀ ਐਡੀ ਵੱਡੀ ਜਿਹੜੀ ਨਾਭਾ ਹਾਈ ਸਕਿਓਰਿਟੀ ਜੇਲ੍ਹ ਆ ਵੀ ਉਹਦੇ ਜਿਵੇਂ ਜਿਹੜੇ ਫਰੰਟ ਗੇਟ 'ਤੇ ਕੋਈ ਕੈਮਰੇ ਵੀ ਇੰਨੇ ਹੈ ਨਹੀਂ ਸੀਗੇ, CCTV ਕੈਮਰੇ ਵੀ ਇੱਕ ਪੁਲਿਸ ਨੇ ਵੀ ਜਦੋਂ ਗੈਂਗਸਟਰਾਂ ਨੇ ਗੋਲੀਆਂ ਚਲਾਈਆਂ ਆਪਦੇ ਸਾਥੀਆਂ ਨੂੰ ਛਡਾਉਣ ਲਈ ਤਾਂ ਉੱਧਰੋਂ ਪੁਲਿਸ ਨੇ ਵੀ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ, ਜਵਾਬੀ ਗੋਲੀਆਂ ਨਹੀਂ ਚਲਾਈਆਂ ਹੈਗੀਆਂ। ਅਤੇ ਬਾਕੀ ਕਹਿੰਦੇ ਆ ਵੀ ਕੰਧ ਦੇ ਉੱਤੇ ਵੀ ਕੋਈ ਇੰਨੀਆਂ ਤਾਰਾਂ ਨਹੀਂ ਲੱਗੀਆਂ ਹੋਈਆਂ ਸੀਗੀਆਂ, ਵੀ ਕੁਛ ਕੁ ਖਾਮੀਆਂ ਸੀਗੀਆਂ ਵੀ ਜਿਹਦੇ ਕਰਕੇ ਆ ਜਿਹੜੇ ਗੈਂਗਸਟਰ ਚੰਦ ਕੁ ਮਿੰਟਾਂ ਦੇ ਵਿੱਚ ਹੀ ਆਪਦੇ ਸਾਥੀਆਂ ਨੂੰ ਛਡਾ ਕੇ ਲੈ ਗਏ ਸੀਗੇ। ਅਤੇ ਇਹ ਸੀਗੀ ਅੱਜ ਵਾਲੀ ਵੀਡੀਓ ਆਪਣੀ। ਜੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਅਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ। ਆਈ ਆਪਾਂ ਫਿਰ ਅਗਲੇ ਨਵੇਂ ਟੌਪਿਕ 'ਤੇ ਮਿਲਾਂਗੇ। ਧੰਨਵਾਦ।